अगर आपने हमारे चैनल को सब्सक्राइब नहीं किया है तो इसे सब्सक्राइब कर लें। लोकसभा हलका बठिंडा से बीजेपी और शिरोमणि अकाली दल के सांझे उम्मीदवार हरसिमरत कौर बादल के कवरिंग उम्मीदवार के तौर पर प्रकाश सिंह बादल पूर्व मुख्यमंत्री पंजाब ने भरा नॉमिनेशन। प्रकाश सिंह बादल ने पत्रकारों को जानकारी देते हुए बताया कि आज नॉमिनेशन भरी गई है और अब हमारे द्वारा चुनाव प्रचार तेज किया जाएगा। वहीं राहुल गांधी पर तंज कसते हुए बादल ने कहा कि किसी भी काम को करने के लिए तजुर्बे की आवश्यकता होती है और राहुल गांधी को तो किसी भी चीज का तजुर्बा नहीं और मोदी तो अपने इलाके गुजरात के 4 बार मिनिस्टर रहे और गुजरात को उन्होंने बदल कर रख दिया। हम एक ड्राइवर भी रखते हैं तो है तो उसके भी कई प्रकार के टेस्ट होते हैं। अगर किसी अनजान को गाड़ी में बिठा दिया जाए तो ना गाड़ी बचेगी और ना ही सवारी बचेगी। देखो आज कोई शक नहीं कि देश जेड़ा चाहता है वो मोदी साहब नु प्रधानमंत्री वेखना चाहता है। ਉਹਦਾ ਕਾਰਨ ਬਹੁਤ ਹਨ। ਪਹਿਲਾ ਕਾਰਨ ਇਹ ਹੈ ਕਿ ਉਹਨਾਂ ਨੂੰ ਕੋਈ ਵੀ ਕੰਮ ਹੋਵੇ ਉਹ ਤਜਰਬਾ ਬੜਾ ਜ਼ਰੂਰੀ ਹੁੰਦਾ। ਤੁਸੀਂ ਵੀ ਕੰਮ ਕਰਦੇ ਹੋ, ਤੁਹਾਡਾ ਵੀ ਤਜਰਬਾ ਹੈ। ਜਿਵੇਂ ਜਿਵੇਂ ਤਜਰਬੇ ਨਾਲ ਅਗਾਂਹ ਵੱਧਦਾ ਬੰਦਾ ਉਵੇਂ ਜਿਵੇਂ ਤਰੱਕੀ ਹੁੰਦੀ ਹੈ। ਅੱਜ ਕੋਈ ਦੇਸ਼ 'ਚ ਇਹੋ ਜਿਹਾ ਬੰਦਾ ਨਹੀਂ ਜਿਹੜਾ ਮੋਦੀ ਜੀ ਦੇ ਮੁਕਾਬਲੇ 'ਤੇ ਤਜਰਬਾਕਾਰ। ਅਖੀਰ ਜਿਹੜੇ ਨਿਗਾਹ ਸਾਰੇ ਲਾਉਂਦੇ ਹੈ ਉਹ ਤਾਂ ਗਾਂਧੀ ਪਰਿਵਾਰ 'ਤੇ ਲਾਉਂਦੇ ਹੈ। ਉਹਨੂੰ ਬਿਲਕੁਲ ਹੀ ਤਜਰਬਾ ਨਹੀਂ। ਤਜਰਬਾ ਦੋ ਕਿਸਮ ਦਾ ਹੁੰਦਾ ਹੈ, ਜਾਂ ਤਾਂ ਕੋਈ ਚੀਫ ਮਿਨਿਸਟਰ ਰਿਹਾ ਹੋਵੇ ਲੰਮਾ ਸਮਾਂ, ਜਾਂ ਕੋਈ ਐਡਮਿਨਿਸਟ੍ਰੇਟਰ ਪੋਸਟ 'ਤੇ ਰਿਹਾ ਹੋਵੇ, ਚੀਫ ਸੈਕਟਰੀ ਜਾਂ ਹੋਰ। ਅਤੇ ਮੋਦੀ ਸਾਹਿਬ 4 ਵਾਰੀ ਆਪਣੇ ਸੂਬੇ ਦੇ ਚੀਫ ਮਿਨਿਸਟਰ ਹੋਏ ਹੈ ਜੀ, ਅਤੇ ਗੁਜਰਾਤ ਨੂੰ ਉਹਨਾਂ ਨੇ ਪਹਿਲੇ ਨੰਬਰ 'ਤੇ ਲਿਆਂਦਾ ਜੀ। ਇੱਕ ਆਪਣਾ ਡਰਾਈਵਰ ਵੀ ਬੱਸ ਹੈ, ਬੱਸ ਚਲਾਉਣੀ ਹੈ, ਛੋਟਾ ਕੰਮ ਹੈ, ਤਾਂ ਉਹਦਾ ਜਦੋਂ ਕੋਈ ਬੱਸ ਛਾਂਟਦੇ ਨਾ ਪਹਿਲਾਂ ਬੱਸ ਡਰਾਈਵਰ ਬਣਨ ਵਾਲੇ ਨੂੰ ਲਰਨਰ ਲਾਇਸੈਂਸ ਲੈਣਾ ਪੈਂਦਾ ਵੀ ਇਹ ਸਿੱਖ ਸਕਦਾ। ਫਿਰ ਉਹਨੂੰ ਲਾਈਟ ਲਾਇਸੈਂਸ ਲੈਣਾ ਪੈਂਦਾ ਵੀ ਆਹ ਛੋਟੀਆਂ ਗੱਡੀਆਂ ਕਾਰਾਂ ਇਹ ਚਲਾ ਲਏ। ਫਿਰ ਉਹਨੂੰ ਹੈਵੀ ਲਾਇਸੈਂਸ ਲੈਣਾ ਪੈਂਦਾ, ਹਰ 'ਚ ਟੈਸਟ ਹੁੰਦਾ, ਅਤੇ ਫਾਈਨਲੀ ਉਹਦਾ ਟੈਸਟ ਹੁੰਦਾ ਕਿ ਗੱਡੀ ਚਲਾ ਸਕਦਾ ਕਿ ਨਹੀਂ। ਅਤੇ ਜੇ ਅਣਜਾਣ ਨੂੰ ਹੁਣ ਮੈਨੂੰ ਪਾ ਦੇਣ ਜਾਂ ਤੁਹਾਨੂੰ ਪਾ ਦੇਣ ਤਾਂ ਨਾ ਗੱਡੀ ਰਹੂਗੀ ਅਤੇ ਨਾ ਆ ਕੇ ਪੈਸੰਜਰ। ਇਹ ਮੈਰਿਟ 'ਤੇ ਗੱਲ ਕਰੇ, ਜਿੰਨੀ ਬੇਅਦਬੀ ਕਾਂਗਰਸ ਨੇ ਕੀਤੀ ਹੈ, ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਹੋਇਆ, ਇਹ ਝੂਠ ਹੈ ਕਿ ਸੱਚ ਹੈ? ਤੁਸੀਂ ਨਹੀਂ ਬੋਲਦੇ, ਮੇਰਾ ਜੇ ਕਿਸੇ ਨੂੰ ਝੂਠ ਸਰਦਾ। ਔਰ ਅਕਾਲ ਤਖ਼ਤ ਫੌਜੀ ਹਮਲਾ ਵਿਦ ਦੀ ਆਰਡਰ ਆਫ ਪ੍ਰਾਈਮ ਮਿਨਿਸਟਰ ਆਫ ਇੰਡੀਆ, ਇਦੋਂ ਹੋਰ ਕੀ ਹੋ ਸਕਦਾ? ਆਪਣੇ ਲੋਕ ਭੁੱਲ ਜਾਂਦੇ ਆ, ਪ੍ਰੈਸ ਵੀ ਭੁੱਲ ਜਾਂਦੀ ਹੈ, ਅਤੇ ਅਕਾਲ ਤਖ਼ਤ ਸਾਹਿਬ ਮੇਰੀ ਗੱਲ ਯਾਰ, ਅਕਾਲ ਤਖ਼ਤ ਸਾਹਿਬ ਢੇਰ ਢੇਰੀ ਕੀਤਾ ਹੈ, ਹਰਿਮੰਦਰ ਸਾਹਿਬ ਉੱਥੇ ਮਹਾਰਾਜ ਸਾਹਿਬ ਦੀਆਂ ਬੀੜਾਂ ਸਨ, ਉੱਥੇ ਗੋਲੀਆਂ ਲੱਗੀਆਂ, ਹਜ਼ਾਰਾਂ ਗੁਰਦੁਆਰਿਆਂ 'ਚ ਇਸ ਤਰ੍ਹਾਂ ਦਾ ਹੋਇਆ 84 ਦੇ ਖਤ। ਇਹ ਕਾਂਗਰਸ ਵਾਲਿਆਂ ਨੇ ਕੀਤਾ, ਅਤੇ ਸਾਨੂੰ ਤਾਂ ਉਹ ਜਿਹੜੀ ਇਹਨਾਂ ਨੇ ਸਿੱਟ ਜੀ ਬਣਾ ਦਿੱਤੀ ਸੀ ਉਹਦੇ 'ਚ ਵੀ ਉਹਨਾਂ ਨੂੰ ਕਹਿ ਤਾ ਵੀ ਇਹਨਾਂ ਦਾ ਕੋਈ ਨਹੀਂ। ਮਨਪ੍ਰੀਤ ਬਾਦਲ ਹੋਰ ਕੱਲ੍ਹ ਬਿਆਨ ਦਿੱਤਾ ਗਿਆ ਵੀ ਪ੍ਰਕਾਸ਼ ਸਿੰਘ ਬਾਦਲ ਭਿਸ਼ਮ ਪਿਤਾ ਹੈਗਾ ਵੋਟਾਂ ਖਰੀਦਣ ਦੇ ਮਾਮਲੇ ਵਿੱਚ। ਹਾਂਜੀ, ਕਹਿੰਦੇ ਭਿਸ਼ਮ ਪਿਤਾ ਹੈਗਾ ਪ੍ਰਕਾਸ਼ ਸਿੰਘ ਬਾਦਲ ਵੋਟਾਂ ਖਰੀਦਣ ਦੇ ਮਾਮਲੇ 'ਚ। ਮਨਪ੍ਰੀਤ ਨੇ ਬਿਆਨ ਦਿੱਤਾ ਜੀ, ਮੈਂ ਕਦੇ ਨਾ ਖਰੀਦੀਆਂ ਨਾ ਖਰੀਦਣੀਆਂ, ਉਹ ਵੀ ਮੇਰਾ ਬੱਚਾ ਹੈ, ਬੱਚਿਆਂ ਦਾ ਗੁੱਸਾ ਨਹੀਂ। ਮਤਲਬ ਕੀ ਪਰਿਸਥਿਤੀਆਂ ਰਹੀਆਂ ਜੀ ਕਿ ਤੁਹਾਨੂੰ ਹਰਸਿਮਰਤ ਬਾਦਲ ਅਤੇ ਸੁਖਬੀਰ ਬਾਦਲ ਦੋਹਾਂ ਨੂੰ ਕੈਂਡੀਡੇਟ ਬਣਾਉਣਾ ਪਿਆ? ਕੀ ਜਿਹੜਾ ਕ੍ਰਾਈਸਿਸ ਹਿੱਟ ਸੀਗੀ ਅਕਾਲੀ ਦਲ? ਹਰ ਪਾਰਟੀ ਜਦੋਂ ਇਲੈਕਸ਼ਨ ਲੜਦੀ ਹੈ ਉਦੋਂ ਸਟਰੋਂਗੈਸਟ ਕੈਂਡੀਡੇਟ ਜਿਹੜੀ ਉਹ ਸੋਚਦੀ ਹੈ ਉਹ ਸਟਰੋਂਗੈਸਟ ਕੈਂਡੀਡੇਟ ਦੇਣ। ਅਸੀਂ ਜਿੱਥੇ ਵੀ ਦਿੱਤੇ ਹੈ ਨਾ ਤਾਂ ਸਾਡੇ ਕਿਸੇ ਕੈਂਡੀਡੇਟ ਦੇ ਖਿਲਾਫ ਰਿਐਕਸ਼ਨ ਹੋਇਆ ਪਾਰਟੀ, ਔਰ ਸਾਰੇ ਬੰਦੇ ਜਿਹੜੇ ਕੈਂਡੀਡੇਟ ਹੈ ਉਹ ਫਿੱਟ ਕੈਂਡੀਡੇਟ ਹੈ। ਅਸੀਂ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂ ਕੋਈ ਕੀਤਾ, ਜਿਵੇਂ ਕਾਂਗਰਸ ਰੌਲਾ ਪਿਆ ਫਿਰਦਾ ਹੈ, ਆਮ ਆਦਮੀ ਤੋਂ ਵੀ ਖਿਲਰੀ ਫਿਰਦੀ ਹੈ ਸਾਡਾ। ਕੋਈ ਤੁਸੀਂ ਦੱਸੋ ਵੀ ਕਿਸੇ ਨੇ ਕੋਈ ਇਤਰਾਜ਼ ਕੀਤਾ ਵੀ ਇਹਨੂੰ ਕਿਉਂ ਟਿਕਟ ਦਿੱਤੀ? ਦਸਾਂ 'ਚੋਂ ਕਿੰਨੀ ਐਕਸਪੈਕਟ ਕਰਦੇ ਜਿੱਤ ਜਾਏਗੀ ਅਕਾਲੀ ਦਲ? ਦੇਖੋ ਮੈਂ
सवाल अज वेखो अज मोदी साहब न लोगों को प्राइम मिनिस्टर बनाने वास्ते वोट पै रही है जी जी। मैं ज्यादा हो सकता जी तेरह दिन तेरह ही जीती है बाल सारे आदे यही गल क्योंकि इशू एक अजा है कि हर बंदा चाहता है कि देश का प्रधानमंत्री जो तो सूबे का चीफ मिनिस्टर बनना हो तो वे दे जो पिंड का सरपंच बनना हो वे दे हूँ अज साढ़े सामने है कि प्रधानमंत्री असं कि एक सवाल यह है कि तुहाडी जिहड़ी मोदी गवर्नमेंट की आपां किसानां वाले इशू की गल कर रहे हैं उन्होंने वैल्यू कट ला दी झोने की कणक की बदरंग से जी उसके बारे कोई तुहाडा टिप्पणी नहीं होगी वो ठीक है जी ठीक होगी कोई इशू इस पर गलबात हुई मैं फूड महकमे चार रुपये सठ पैसे पर क्विंटल उन्हें घटाया जी नहीं नहीं लस्टर का फूड महकमे जो पता लगा कि ठीक कोई नहीं कोई नहीं कोई झंडियां विरोध लगातार जारी है एक सुनो कालिया झंडिया तो जिदे आखो मैं दस बंदे खड़े करके कालिया जिद मर्जी करवा लो ये चाहिए अगर आपने हमारे चैनल को सब्सक्राइब नहीं किया है तो इसे सब्सक्राइब कर लें।